मेरा दिल नहीं लगना मैं अपनी अम्मी दे कोल लैणा वा अम्मी कोल ही तैनूं छड्ड आवां मेरे मैनूं ना छड्ड के जा मेरे मेरे ते ज़ुल्म ना कर मैं तैनूं कहण डया वा बबलू राम नाल ना काम ते जा तेनू काम ते जिस बंदे को छड्डन चलना ना वो बंदा कारीगर हैगा वा उहदे कोल चुप करके काम सिखणा तू हैं वीरे मैं नहीं सिखणा मैं अपनी अम्मी दे नाल काम सिखणा वा मेरा नहीं दिल लगना अम्मी तो बगैर यार तू मैनूं दस तू चाहना वा ते अम्मी खुश होवे है ना घर दे खुश होण तेरा व्याह होवे हैं बच्चे होण तेरा घर होवे गड्डी होवे मोटरसाइकिल हैं सोहणी बड़ी नहीं मैं साइकिल लैणा वा ਸਾਈਕਲ ਹੀ ਸਹੀ ਹੈ ਆਹੋ ਤੇ ਫਿਰ ਕੰਮ ਸਿੱਖਣਾ ਪੈਣਾ ਬਬਲੂ ਅੰਮੀ ਖੁਸ਼ ਹੋਣਗੇ ਅੰਮੀ ਖੁਸ਼ ਹੋਣਗੇ ਤੇ ਅੰਮੀ ਕੋ ਕਦੋਂ ਜਾਣਾ ਵਾ ਅੰਮੀ ਕੋ ਸ਼ਾਮ ਨੂੰ ਜਦੋਂ ਕੰਮ ਤੋਂ ਛੁੱਟੀ ਹੋਇਆ ਕਰਨੀ ਫਿਰ ਅੰਮੀ ਕੋ ਜਾਇਆ ਕਰਨਾ ਇਹਨੇ ਮੈਨੂੰ ਮਾਰਨਾ ਮੈਂ ਨਹੀਂ ਮੈਨੂੰ ਮਾਰੇਗਾ ਨਾ ਮੇਰਾ ਪੁੱਤਰ ਕੋਈ ਟੈਨਸ਼ਨ ਨਹੀਂ ਹੁਣ ਮੈਂ ਤੈਨੂੰ ਲੈ ਕੇ ਚੱਲਿਆ ਨਾ ਤੂੰ ਚੁੱਪ ਕਰਕੇ ਅਦਬ ਕਰਨਾ ਵਾ ਕੰਮ ਸਿੱਖਣਾ ਵਾ ਜਲਦੀ ਜਲਦੀ ਕੰਮ ਸਿੱਖਣਾ ਵਾ ਤਾਂ ਕਿ ਤੂੰ ਆਪਣਾ ਕੰਮ ਸਟਾਰਟ ਕਰ ਲੈ ਹੈਂ ਸਹੀ ਆ ਘਰ ਬਣਾਉਣਾ ਨਾ ਆਪਣਾ ਆਹੋ ਗੱਡੀ ਲੈਣੀ ਨਾ ਨਹੀਂ ਸਾਈਕਲ ਲੈਣਾ ਵਾ ਤਿੰਨ ਪਹੀਆਂ ਵਾਲਾ ਲੈਣਾ ਵਾ ਚਲ ਤਿੰਨ ਪਹੀਆਂ ਵਾਲਾ ਮੈਂ ਲੈ ਕੇ ਦੇਵਾਂਗਾ ਤਿੰਨ ਪਹੀਆਂ ਵਾਲਾ ਹੁਣ ਮੇਰਾ ਵੀਰ ਮੇਰੀ ਗੱਲ ਦੇ ਉੱਤੇ ਫੁੱਲ ਪਾਈ ਤੇ ਆ ਜਾ ਮੇਰੇ ਨਾਲ ਹੁਣ ਆਪਾਂ ਕੰਮ ਸਿੱਖਣਾ ਹੈ ਕੰਮ ਕਿੱਥੇ ਸਿੱਖਣਾ ਵਾ ਆ ਤੂੰ ਮੇਰੇ ਨਾਲ ਤੇ ਅੰਮੀ ਅੰਮੀ ਉੱਥੇ ਹੀ ਆ ਘਰ ਹੀ ਆ ਅੰਮੀ ਆ ਜਾ ਤੈਨੂੰ ਮੈਂ ਅੰਮੀ ਨੂੰ ਵੀ ਮਿਲਾਵਾਂਗਾ ਆ ਜਾ ਚਲ ਆ ਉੱਤੇ ਚੜ ਮੈਨੂੰ ਡਰ ਲੱਗਦਾ ਵਾ ਕੀ ਗੱਲ ਹੋਈ ਰਾਜ ਕੰਡੇ ਤਾਂ ਤੇ ਚੜ ਕੀ ਹੋਇਆ ਪਹਿਲੇ ਤੂੰ ਚੜ ਆਵੇ ਮੈਂ ਅੰਮੀ ਕੋ ਚੜਾ ਵਾ ਮੇਰਾ ਨਹੀਂ ਦਿਲ ਕਰਦਾ ਕੰਮ ਕਰਨ ਨੂੰ ਮੈਂ ਤੈਨੂੰ ਦੱਸਾਂ ਚਾਚਾ ਜੀ ਅਸਲਾਮੁਅਲੈਕਮ ਚਾਚਾ ਜੀ ਮੈਂ ਇਹਨੂੰ ਕਹਿਣ ਦੇ ਵਾਂ ਕਿ ਕੰਮ ਸਿੱਖ ਲੈ ਤੇਰਾ ਘਰ ਬਣ ਜਾਏਗਾ ਤੇਰਾ ਵਿਆਹ ਹੋ ਜਾਏਗਾ ਤੇਰੇ ਬੱਚੇ ਹੋਣਗੇ ਕੰਮ ਨਹੀਂ ਸਿੱਖਣ ਡਿਆ ਮੈਂ ਚਾਚਾ ਜੀ ਅੰਮੀ ਕੋ ਜਾਣਾ ਵੇ ਮੈਂ ਨਹੀਂ ਸਿੱਖਣਾ ਕੰਮ ਨਹੀਂ ਨਾ ਕੰਮ ਸਿੱਖਣਾ ਤੇ ਫਿਰ ਜਿਹੜੀ ਆਉਣ ਵਾਲੀ ਅੰਮੀ ਹੈ ਨਾ ਉਹਨੇ ਉਹ ਤੇਰੀ ਸਪਲਾਉਣ ਕਰਨੀ ਵਾਲੀ ਯਾਦ ਰੱਖੀ ਹਾਂ ਸਹੀ ਗੱਲ ਆ ਦੇਖ ਕੰਮ ਤੇ ਦੇਖ ਯਾਰ ਕੰਮ ਤੇ ਵੇਖ ਉਹਨੂੰ ਕਹਿ ਫਿਰ ਜਲਦੀ ਛੁੱਟੀ ਦੇਣੀ ਆ ਤੇ ਇਹ ਕੈਸਾ ਪਿਆਰਾ ਕੰਮ ਦੇਖ ਤੇ ਸਹੀ ਯਾਰ ਚਾਹ ਉੱਤੇ ਤੇ ਚੱਲ ਚੜ ਗਿਆ ਉਹਨੂੰ ਕਹੀ ਜਲਦੀ ਛੁੱਟੀ ਦੇਣੀ ਪੇਟ ਦੀ ਖਾਤਰ ਚੜ ਜਾ ਚੜ ਜਾ ਉੱਤੇ ਪੇਟ ਦੀ ਖਾਤਰ ਸ਼ਾਬਾਸ਼ ਚੜ ਜਾ ਚੜ ਜਾ ਪੇਟ ਦੀ ਖਾਤਰ ਚੜ ਜਾ ਸ਼ਾਬਾਸ਼ ਇਹ ਹਿੱਲਣ ਡਈ ਆ ਪੂੜੀ ਹੈ ਪੂੜੀ ਹਿੱਲਣ ਡਈ ਆ ਨਹੀਂ ਹੈ ਲਦੀ ਚੱਲ ਮੈਂ ਮੋਢਾ ਦਿੰਦਾ ਮਗਰ ਚੱਲ मैं नहीं सकना अंदर किन्ने जने बम बनाउंदे काम ही करन दे गां होके वेख तू नहीं सीखना अगे हो जुत्ती ला ਇਹ ਅੱਡਿਆਂ ਦੇ ਉੱਤੇ ਕਢਾਈ ਕਰਨ ਡੇ ਆ ਸਮਝ ਆਈ ਨਾ ਮੈਨੂੰ ਨਾ ਸਾਦਗੀ ਪਸੰਦ ਆ ਮੈਨੂੰ ਕਢਾਈ ਵਾਲੇ ਨਹੀਂ ਚੰਗੇ ਲੱਗਦੇ ਤੇ ਤੈਨੂੰ ਕਫਨ ਸੀ ਲੈ ਤੈਨੂੰ ਕਫਨ ਸੀਨ ਤੇ ਕੰਮ ਤੇ ਪਾ ਦੇ ਉਹ ਅੱਗੇ ਹੋ ਕੰਮ ਵੇਖ ਕੀ ਆ ਆ ਵਾ ਮੇਰਾ ਯਾਰ ਓਏ ਆ ਬਈ ਫਰੀਦ ਸਨ ਕੀ ਹਾਲ ਚਾਲ ਹੈ ਵੀਰ ਭਾਈ ਠੀਕ ਠਾਕ ਹੋ ਠਾਕ ਭਾਜੀ ਤੁਸੀਂ ਸੁਣਾਓ ਬਹਿ ਜਾ ਥੱਲੇ ਬਹਿ ਜਾ ਮੇਰੇ ਦੰਦਾਂ 'ਚ ਬਹਿਣ ਲੱਗਾ ਪੱਠਾ ਭਾਉਣ ਨੂੰ ਅਸੀਂ ਕਿਹਾ ਮੈਂ ਕਿਹਾ ਸੀ ਆਪ ਪੈ ਜਾ ਟੇਕੇ ਪੈਣਾ ਟੇਕੇ ਇਮਲੀ ਭਾਈ ਹੋਰ ਸੁਣਾਓ ਤੁਸੀਂ ਸੁਣਾਓ ਫਰੀਦ ਭਾਈ ਸੇ ਠੀਕ ਆ ਕਰਮ 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 ਜਿਹੜੇ ਕੰਧ ਨਾਲ ਢੋਲ ਆ ਮੇਰੇ ਨੂੰ ਕਾਤੋਂ ਲੈ ਜਾਣਾ ਵਾ ਯਾਰ ਬੈਠਾ ਵਾ ਆਰਾਮ ਨਾਲ ਬਹਿ ਆਰਾਮ ਨਾਲ ਹੋਰ ਇਮਲੀ ਭਾਈ ਸੁਣਾਓ ਤੁਸੀਂ ਸੁਣਾਓ ਭਾਈ ਫਰੀਦ ਉਹ ਵਿਆਹ ਤੇ ਜਿਹੜਾ ਮੂੰਹ 'ਚ ਤੇਲ ਪਾ ਕੇ ਅੱਗ ਕੱਢੀ ਸੀ ਉਹ ਮੂੰਹ ਨੂੰ ਪੈ ਗਈ ਸੀ ਉਹ ਠੀਕ ਹੋ ਗਿਆ ਫਿਰ ਹਾਂ ਅਲਹਮਦੁਲਿਲਾ ਉਹ ਤਾਂ ਠੀਕ ਹੋ ਗਿਆ ਸੀ ਯਾਰ ਉਹ ਤਾਂ ਬਸ ਤੇਰੇ ਵਿਆਹ ਤੇ ਆਟਮ ਕਰਨੀ ਸੀ ਕਰ ਲਈ ਆ ਤੇਰੇ ਨੂੰ ਨਾ ਛੇੜੀ ਜਾ ਪੁੱਤੇ ਕੰਮ ਵਾਲਾ ਕੰਮ ਆ ਇਧਰ ਨੂੰ ਥੋੜਾ ਮੋਢਾ ਇਹਨੂੰ ਸਹੀ ਕਰਕੇ ਬਿਠਾ ਕੌਣ ਆ ਇਹ ਸਹੀ ਕਰਕੇ ਉਹਦੀ ਅਲਾਈਨਮੈਂਟ ਮਹਿੰਗੀ ਆ ਮੈਂ ਕੀ ਕਰਾਂ ਥੋੜਾ ਨਾਲ ਹੋ ਜਾ ਇੱਧਰ ਨਾਲ ਹੋ ਜਾ ਅੱਛਾ ਫਰੀਦ ਵਿਆਹ ਤੋਂ ਬਾਅਦ ਬੜੇ ਦਿਨਾਂ ਬਾਅਦ ਚੱਕਰ ਲਾਇਆ ਯਾਰ ਬਸ ਜਿਹੜਾ ਬਾਅਦ ਚੱਕਰ ਲਾਇਆ ਮੈਂ ਤੈਨੂੰ ਪਤਾ ਨਾਨਕ ਗਾਨ ਚਲੇ ਗਿਆ ਫਿਰਨ ਟੁਰਨ ਫਿਰ ਨਾਲ ਤੈਨੂੰ ਪਤਾ ਭਰਜਾਈ ਤੇਰੀ ਨੂੰ ਲੈ ਕੇ ਕੀ ਹੋਇਆ ਹੁਣ ਕੀ ਗੱਲ ਆ ਹੋ ਮੈਂ ਇਹਦੇ ਸਹੀ ਕਰਕੇ ਨਹੀਂ ਬੈਣ ਦੇ ਆ ਇਹ ਇਹਨੂੰ ਸਹੀ ਤਾਂ ਬਿਠਾ ਯਾਰ ਸਹੀ ਤਰ੍ਹਾਂ ਬਹਿ ਜਾ ਸਹੀ ਤਰ੍ਹਾਂ ਕਿੱਦਾਂ ਬੱਚੇ ਸੁਣਾਫ ਕਿਦੋਂ ਵਾਪਸ ਕਿਦੋਂ ਆਇਆ ਉੱਥੋਂ ਵਾਪਸ ਮੈਨੂੰ ਆਏ ਨੂੰ ਹੋ ਗਿਆ 1.5-2 ਸਾਲ ਹੋ ਗਏ ਗੱਲ ਇਹ ਇਮਲੀ ਭਾਈ ਆ ਬੱਚੇ ਨੂੰ ਸ਼ਿਕਰਤ ਕਰਾਉਣਾ ਤੁਹਾਡਾ ਕਿਹੜੇ ਬੱਚੇ ਨੂੰ ਐਸ ਬੱਚੇ ਨੂੰ ਆ ਬੱਚੇ ਹਾਂਜੀ ਹਸੀ
छुट्टी पेपर साइन करने ਪਾਜੀ ਤੁਸੀਂ ਗੁੱਸਾ ਨਾ ਕਰੋ ਤੁਸੀਂ ਗੁੱਸੇ ਦੇ ਵਿੱਚ ਨੀਲੇ ਹੋ ਜਾਂਦੇ ਤੁਸੀਂ ਗੁੱਸਾ ਨਾ ਕਰਿਆ ਕੋਈ ਫਰੀਦ ਸਾਹਿਬ ਤੇਰੀ ਹਾਲਤ ਨਹੀਂ ਗਈ ਮਖੌਲ ਦੀ ਕੀ ਕਰੀਏ ਯਾਰ ਵਿੱਚ ਤੇਰੇ ਕੋ ਫਿੱਕੀਆਂ ਜੁਗਦਾ ਹੈ ਯਾਰ ਵੇਲਾ ਤੂੰ ਇਦਾਂ ਹੀ ਆ ਨਾ ਪਲ ਪੁਲ ਗਿਆ ਤੂੰ ਵੀ ਮਿੱਟੀਆਂ ਸੁਣ ਸੁਣ ਕੇ ਅੱਛਾ ਮੈਂ ਤੈਨੂੰ ਇਹ ਦੱਸਣ ਡਿਆ ਸੀ ਵੀ ਇਹਦਾ ਹੁਣ ਕੀ ਕਰੇਗਾ ਕਿੰਨੀ ਦੇਰ ਚ ਕੰਮ ਸਿਖਾਏਗਾ ਕੰਮ ਤਾਂ ਵੀਰੇ ਦੇ ਜ਼ੇਹਨ ਤੇ ਡਿਪੈਂਡ ਹੁੰਦਾ ਵਾ ਲੇਕਿਨ ਇਹ ਦੇਖ ਲੈ ਕਿ ਇਹ ਤਾਂ ਕਹਿੰਦਾ ਮੈਂ ਅੰਮੀ ਕੋ ਜਾਣਾ ਵਾ ਮੈਂ ਅੰਮੀ ਕੋ ਜਾਣਾ ਇੱਥੇ ਤਾਂ ਨਾਲ 9 ਵਜੇ ਛੁੱਟੀ ਹੋਇਆ ਕਰਨੀ ਤੇ ਤੇਰੇ ਕੋ ਕੋਈ ਅੰਮੀ ਨਹੀਂ ਹੈ ਉਹਦੇ ਕੋਲ ਲੈ ਜੀ ਕਬਰਾਂ ਚ ਜਾਣਾ ਇਹਨੂੰ ਪੁੱਛ ਲੈ सिर्फ ओने धागा खराब किया हरकत दस दे नाम बबलू छुट्टी कर दिया कर तू मतलब बबलू की खातर इना नहीं कर सकता यार बबलू तेरा वा मेरा नहीं काम बंद करा बबलू की खातर यार मेरा बद तू मेरे खातर मेरे मुंह नहीं करेगा यार ये केड़ा मुंह अजी दी खातर करना मैं ते ये केड़ा मुंह अजी दी खातर तू करन दे 2 साल बाद तो अगे टकरया वा तू 2 साल बाद मैं 10 साल बाद भी टकरा ते तेरा मेरा प्यार को मतलब मुक जाना ए बबलू वा मेरा पुत्र है इनु काम सिखाउणा जिद्दा ए कवे ओदा सिखाउणा 2 साला चाह होया तेरे मेरे ढिड दा जम्मया नहीं हैगा ए मेरा वैसे पुत्र आ ते लगदा की है तेरा ए मैं तेनु लब्या ते भरावा मेरा भरावा भरावा होर की तेनु दस्या नहीं पुत्र काम दिया कोई शरीता हुंदियां कोई शरायता हुंदियां कोई तरीके हुंदे मैं चंडा मार मार के दंद कढ दिंदा हुंदा वा गुस्से दा मैं बहुत वा जे दा काम सिखणा बंदे आगू ते फेर ता सुबह 8 बजे इत्थे होणा ते रात नु 12 बजे छुट्टी मिलणी आ ते चपेड़ा मार मार के मैं दंद कढ दिंदा उहना जिहड़ा शिगिरद कोई वादा घाटा करे इत्थे देला किन्ने बैठे किसे दी जरूरत नहीं हैगी कोई गल कर जाए अपने दुकान खोल लो यार बबलू खुदा दा ना ही काम यार इहनू महीने करना काम सिखा दे इमली दोपहर दी रोटी खांदा वा है किन्नियां 17 18 ते खांदा ही है रोटी वड्डे तवे दी कहिंदा वा ਮੈਂ ਤਾਂ ਲਾ ਦੇ ਬਬਲੂ ਨੇ ਛੱਡ ਕੇ ਚੱਲਾ ਕੋਈ ਆਪਣਾ ਪੀਰ ਛੱਡ ਕੇ ਚੱਲਾ ਯਾਰ ਵੇਖ ਲਾ ਤੂੰ ਅੱਗੋਂ ਗੱਲਾਂ ਹੋਰ ਕਰਨ ਲੱਗ ਯਾਰ ਉਹ ਤੈਨੂੰ ਕਹਿਰ ਮਿੰਟ ਦਾ ਦੇਖ ਤੇਰੇ ਟਾਈਮ ਚਾਹ ਤਿੰਨ ਟਾਈਮ ਦਾ ਚਾਹ ਅਸੀਂ ਕਾਰੀਗਰ ਬੱਚਿਆਂ ਨੂੰ ਨਹੀਂ ਪਿ
ਰੋਟੀ ਤੁਸੀਂ ਲੈ ਜੇ ਰੋਟੀ ਮਾਲਕਾਂ ਦੀ ਹੁੰਦੀ ਹੈ ਵੀਰੇ ਉਹ ਮਿੱਲਾਂ 'ਚ ਹੁੰਦੀ ਹੋਰ ਜਗ੍ਹਾ 'ਤੇ ਹੁੰਦੀ ਹੈ ਹੁਨਰ ਵਾ ਇੱਥੇ ਤੂੰ ਆਪਣਾ ਜ਼ਹਿਨ ਜ਼ਾਇਆ ਕਰਨਾ ਆਪਣੇ ਆਪ ਨੂੰ ਜ਼ਾਇਆ ਕਰਨਾ ਫੇਰ ਕੰਮ ਸਿੱਖਣਾ ਵਾ ਉਹ ਕਹਿੰਦਾ ਜ਼ਾਇਆ ਕਰਨਾ ਇਹ ਜਿਹੜਾ ਕੰਮ ਆ ਨਾ ਇਹ ਉਹ ਕਹਿੰਦਾ ਵੀ ਜ਼ਹਿਨ ਥੋੜਾ ਖਟਾਉਣਾ ਪੈਣਾ ਫਿਰ ਜਾ ਕੇ ਤੈਨੂੰ ਕੰਮ ਆਉਣਾ ਠੀਕ ਆ ਚੰਗਾ ਮੈਂ ਹੁਣ ਚੱਲਿਆ ਬੱਬਲੂ ਤੇ ਤੂੰ ਹੁਣ ਉਸਤਾਦ ਦੇ ਨਾਲ ਉਸਤਾਦ ਜੀ ਇਹਨੂੰ ਜ਼ਰਾ ਥੋੜਾ ਤਰੀਕੇ ਨਾਲ ਹੈ ਮੇਰਾ ਸ਼ੇਰ ਪੁੱਤਰ ਹੈ ਬੱਬਰ ਸ਼ੇਰ ਤਗੜਾ ਹੋ ਜਾ ਤਗੜਾ ਕੰਮ ਸਿੱਖ ਕੇ ਇਨਸ਼ਾਅੱਲਾ ਆਉਣਾ ਹੈ
बसां दियां यार इत उपर इन बाइया कहते बाइया ओदा प्यार ना दूसरा नाम जो अड्डा कहते जो उपर ला के ना कपड़ा अच्छा इन बाइया कहते ने हाँ ते इन सेरू कहते बाइया वा आ फटिया वा जो हम तेरे पैनिया नहीं ऐ बाइया हाँ ऐ फटिया इन सेरू कहते ने सेरू नहीं पोते ओ मंजी नहीं हैगी कढ़ाई का काम इनू पावे कित्थे इहदे मेरा भरा बकवास करनी किसी किस्म की ऐसी कोई गल ऐसी कोई शरारत नहीं करनी जिद ना मैं तेनू ना मजबूर हो जावा चित्र फेरन से तू मार के बखा मार नहीं खाना ना मार मूर का तू खानी है मैं काम सीखना वा अल्लाह वास्ते सीखना हां मैंने पैसे देने काम सिखाउन दे बंदे दे पुत्ता को ना जरा सही होके चौकड़ी मार के बैठ जदा इंसान पे मैं जी मैणा वा सही होके पै पुत्त ते यार चाचा कह के गया मैनु काम सिखाउना मेरा भरा सीगा ओ तेरा भरा ही सी ओ हां बोलदा ते तेनु चाचे वांगू सी ओ अच्छा ते इनु की कहंदे है ਇਹਨੂੰ ਸ਼ਫੀਕ ਕਹਿੰਦੇ ਆ ਤੈਨੂੰ ਕਿੰਨੀ ਵਾਰੀ ਦੱਸਾਂ ਕਿ ਆਹ ਬਾਈਆਂ ਵਾ ਫਟੀਆਂ ਵਾ ਆਹ ਅੱਡਾ ਲੱਗਾ ਵਾ ਆਹ ਆਰ ਵਾ ਇਹਨੂੰ ਆਰ ਕਹਿੰਦੇ ਆ ਕਢਾਈ ਵਾਲੀ ਸੂਈ ਆਹ ਇਹਦੇ ਨਾਲ ਕਢਾਈ ਕਰੀ ਦੀ ਹਾਂ ਹੋਰ ਜੁੱਤੀ ਸੀ ਇਹਦੀ ਇਹਦੇ ਨਾਲ ਕਢਾਈ ਕਿਦਾਂ ਕਰੀ ਦੀ ਇਹਦੇ ਨਾਲ ਇਦਾਂ ਫੜ ਕੇ ਨਾ ਇਹਨੂੰ ਥੱਲੇ ਦਾ ਤਿੱਲਾ ਰੱਖ ਕੇ ਆ ਦੇ ਹਲਕੇ ਹਲਕੇ ਪਿਆਰ ਨਾਲ ਪੋਲੇ ਪੋਲੇ ਹੱਥ ਨਾਲ ਟੰਗ ਫਿਰ ਮੈਂ ਦੱਸਣ ਲੱਗਾ ਬਬਲੂ ਡਬਲੂ ਸਬਰ ਕਰ ਸਬਰ ਕਰ ਬਬਲੂ ਮੁੰਡੇ ਨਹੀਂ ਕਿ ਤਿੱਲਾ ਥੱਲੇ ਰੱਖਣਾ बच्चे बैठे किसी की आवाज आ रही है मैं उस्ताद आ इत्थे देखदा कोई नहीं मेरे को छेती जिहड़ा बदतमीज बच्चा होवे मैं उहनूं घलीस के बड़ा बुरा मार कढ़दा सुन लिया कढ के वखा यार केड़े बंदा छड गया इहनूं यार सही हो के पिया चौंकड़ी मार जिद्दां बहिंदे बंदे देख के दस सिरदा पुल पहलो डस बनाउणी आ नक्शी दी साह दा लंबा वी हो जांदा ई छड़े ਰਹੋ ਹੁਣ ਮਾਰ ਲਿਆ ਨਾ ਹੁਣ ਨਾ ਮਾਰੀ ਤੇਰੀ ਮਿਹਰਬਾਨੀ ਹੋਈ ਅੱਛਾ ਨਹੀਂ ਮਾਰਦਾ ਸਹੀ ਹੋ ਗਿਆ ਬੈ ਤੂੰ ਚਿੱਤਰਖਾਨ ਵਾਲੇ ਕੰਮ ਨਾਲੋਂ ਨਾਲ ਤਾਂ ਕਰੀ ਜਾਣਦੇ ਆ ਇਹਨੂੰ ਖਿੱਚੀਦਾਰੀ ਪੁੱਤ ਖਰਾਬ ਹੋ ਜਾਂਦਾ ਬੜਾ ਮਹਿੰਗਾ ਮਾਲ ਹੈ ਪੈਸਿਆਂ ਦਾ ਹੁੰਦਾ ਬਬਲੂ ਮੈਂ ਉਹਨੇ ਤੈਨੂੰ ਸਾਈਕਲ ਦਾ ਕਿਹਾ ਨਾ ਤੇ ਮੈਂ ਤੈਨੂੰ ਗੱਡੀ ਲੈ ਕੇ ਦਊਂਗਾ ਨਹੀਂ ਮੈਂ ਸਾਈਕਲ ਲੈਣਾ ਵਾ ਮੋਟਰਸਾਈਕਲ ਨਹੀਂ ਲੈਣਾ ਨਹੀਂ ਸਾਈਕਲ ਕਿੱਥੋਂ ਲੈਣਾ ਤੂੰ ਇਹ ਕੀ ਹੁੰਦਾ ਇਹ ਨਾਗਵਾ ਇਹ ਨਾਗਵਾ ਹਾਂ ਇਹਨਾਂ ਨੂੰ ਨਾਗ ਕਹਿੰਦੇ ਆ 16 ਨੰਬਰ ਨਾਗਾ ਇਹ ਇਹ ਅੰਗੂਠੀ 'ਚ ਵੀ ਪਾ ਲਈ ਦੇ ਇਹ ਚੱਟ ਕੇ ਮਰ ਵੀ ਜਾਈਦਾ ਜ਼ਹਿਰ ਹਾਂ ਜ਼ਹਿਰ ਵਾਲੇ ਨਾਗ ਹੁੰਦੇ ਇਹ ਤੇ ਆਹ ਚਿੱਟੇ ਚਿੱਟੇ ਇਹ ਮੋਤੀ ਆ ਪਰਲ ਮੋਤੀ ਪਰਲ ਮੋਤੀ ਪਰਲ ਪਰਲ ਮੋਤੀ ਹਾਂ ਤੇ ਆਹ ਜਿਹੜੇ ਆ ਗੋਲ ਗੋਲ ਜਿਹੜੇ ਨੇ ਇਹਨੂੰ ਕਹਿੰਦੇ ਆ ਸਤਾਰੇ 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 ਤੁਮ ਤੋਂ ਸੋ ਜਾਓ ਉਹੀ ਨਹੀਂ ਉਹ ਨਹੀਂ ਦੂਜੇ ਸਤਾਰੇ ਕਮੀਜ਼ ਤੇ ਲੱਗਣ ਵਾਲੇ ਤਾਰਿਆਂ ਦੇ ਦੇਸ਼ 'ਚ ਉਹ ਨਹੀਂ ਬਣੇ ਤਾਰੇ ਤਾਰੇ ਨੱਕ ਤੇ ਲੱਗਣ ਵਾਲੇ ਤੇ ਕਮੀਜ਼ਾਂ ਤੇ ਲੱਗਣ ਵਾਲੇ ਤਾਰੇ ਆ ਤਾਰਿਆਂ ਤੇ ਚੰਨ ਕਿੱਥੇ ਆ ਚੰਨ ਬੈਠਾ ਸੀਣ ਡਿਆ ਕੰਮ ਚੰਨ ਨੂੰ ਅੱਗ ਲੱਗੀ ਸੀ
सफेद मोती हाँ तेन पुत मैं अड्डा ला के दिना नवा सोहना अड्डा ला के दिना उपर बैग ना तू ट्राइया कर एक माल तेन मैं थोड़ा थोड़ा दूंगा उपर थोड़ा थोड़ा करके सी जाए ठीक है नहीं थोड़ा थोड़ा क्यों देना मैं बहुत माल दो मैं सी के जावा शगिर्द पहला काम हुंदा सफाई कर दे हालत मैं तेरे को अपने लत्तां कटाउणियां टुट गईयां दुखदियां दुखदियां क्यों अपना बबलू डिगे सही हो गए कुछ खान मंगाओ तू नानकिया दे आया वा तू शगिर्द वा की मंगा ला तेले खान जिदा सारे खान गए ओदे तू खाना वा कपड़ा मैला नहीं मैला महंगा कपड़ा ये रोटी भी खवाऊंगा मैं तेन चाह भी आ चीज वंडी थी देखना बार उस्ताद ले चलिए बड़ा शोधा शगिर्द वा यार तेन ऐसा सीख है ना सारा सैट बैट कर मैं दूसरे मुंडे नूं काम दस्सिया वा ते नालों नाल इहनां दे उपरों उपरों धागे कट दे जिन्ने भी है ना सारे धागे कट के इहनूं सफाई चंगी तरह कर ते अच्छा ते ओह नशकी दबका ओह सारा कुछ तेनूं दऊंगा पहलो इहनूं मुकम्मल कर सुन लिया पहले ओह ते दे दे बाद चो कर लूंगा उस्ताद ओह तू चाहुंदा की आ ओए लै उस्ताद आ कीड़ी गल मैं ओह मंगण डिया वा मैनूं दे मैं थप्पड़ मार के दंद कढ देने तेरे कढ के विखा दंद कढ के विखा यार बबलू तेरे भरा ना साडे बहुत अच्छे तल्ले दा ठीक है तू खराब ना हो नहीं हुंदे हो जाने ना तेरियां हरकतां होण वालियां वा नहीं करदा मैं सारी गल जान लगे मैं तेन समझा के जाऊंगा गिती सी मिंट ला धागा उस्ताद कहंदा सी थलों आऊगा ओ पिया धागा उधर नु चला गया
उस्ताद कहता धागे भी कटने धागा कितर गया उस्ताद उस्ताद जी बेच धागा डिग गया मैं चुकन गया तो ना फट गया कपड़ा डमरू बबलू की तू किया की है पांच छे हजार रुपए का कपड़े जी ऐसी तैसी फेर कढ़ी तू धागा डिग गया तेन छड के जड़ा गया मैं मेरे मुंह की करन लगा यार तू तू निकल बाहर इतो इधर बाहर निकल तेन मैं क्या भी उस्ताद तमीज उंगला कर तमीज ना तमीज ना बाबा कपड़े दी ऐसी तैसी फेर के करा शिविर दवा तू शिगिर्द चपेड़ क्यों मैं तेन मना भी किया चपेड़ नहीं मारनी मेरे या मैं नहीं सीखता कम कुम मेरे ਮੇਰਾ ਵੀਰ ਕਿੱਥੇ ਵੇ ਮੇਰਾ ਵੀਰ ਕੋ ਜਾਣਾ ਵੇ ਨਿਕਲ ਮੇਰੀ ਦੁਕਾਨ ਚੋਂ ਬਾਹਰ ਇਥੋਂ ਚੱਲ ਦੂਰ ਤੂੰ ਕੱਢ ਕੇ ਵਖਾ ਮੇਰਾ ਵੀਰ ਕਿੱਥੇ ਆ ਪੈ ਆਪਣੇ ਵੀਰ ਕੋ ਜਾਣਾ ਵਾ ਚੱਲ ਨਿਕਲ ਬਾਹਰ ਇਥੋਂ ਚੱਲ ਸ਼ਾਬਾਸ਼ ਇੱਥੇ ਨਹੀਂ ਕੰਮ ਹੁੰਕੂ ਹੁੰਦਾ ਚੱਲ ਦੌੜ ਮੈਂ ਤੈਨੂੰ ਕਿਹਾ ਵੀ ਤਬੀਦ ਲਾ ਰਹੀ ਮੇਰੇ ਨਾਲ ਮੈਂ ਚੱਲ ਜਾ ਤੂੰ ਵੀਰੇ तेरा बेड़ा गर्क हो गया फरीद तू भी मर जाए तेरा भरा भी मर जाए इदा शिगिर्द जो मेरा दस बारह हजार का नुकसान कर गया लख लानत ऐसे शिगिर्द ते नाल दोस्त ते कोई तेरा ना ही मिलता मैनू दो साल बाद भी टकरिया मेरा नुकसान किया आ सानू